ਅਤੇ ਅੱਗੇ ਵਧਦੇ ਹਾਂ ਅਤੇ ਹੁਣ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰਾਂ ਦੀ, ਜਿਨ੍ਹਾਂ ਨੂੰ ਕਿ ਪੀ ਜੀ ਆਈ ਭਰਤੀ ਕਰਵਾਇਆ ਗਿਆ, ਦਾਖਲ ਕਰਵਾਇਆ ਗਿਆ ਅਤੇ ਇਲਾਜ ਦੇ ਲਈ ਉਹਨਾਂ ਨੂੰ ਪੀ ਜੀ ਆਈ ਲਿਆਂਦਾ ਗਿਆ ਅਤੇ ਡਾਕਟਰਾਂ ਵੱਲੋਂ ਹਾਲਾਂਕਿ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਸਥਿਰ ਦੱਸੀ ਜਾ ਰਹੀ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਲੇਕਿਨ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਥੋੜ੍ਹੀ ਜਿਹੀ ਇੱਕ ਦਿੱਕਤ ਪਰੇਸ਼ਾਨੀ ਜ਼ਰੂਰ ਆਈ ਸੀ ਸਰੀਰਕ ਪੱਖੋਂ, ਜਿਸ ਤੋਂ ਬਾਅਦ ਉਹਨਾਂ ਨੂੰ ਪੀ ਜੀ ਆਈ ਦਾਖਲ ਕਰਵਾਇਆ ਗਿਆ ਸੀ ਅਤੇ ਹੁਣ ਵੀ ਉਹਨਾਂ ਨੂੰ ਪੀ ਜੀ ਆਈ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਸੋ ਦੱਸ ਦਈਏ ਕਿ ਪੀ ਜੀ ਆਈ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਬਲਕੌਰ ਸਿੰਘ ਹੋਰਾਂ ਨੂੰ, ਅਤੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ, ਕਿਉਂਕਿ ਹਾਰਟ ਦੇ ਵਿੱਚ ਥੋੜ੍ਹੀ ਜਿਹੀ ਇੱਕ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਹੋਈ, ਜਿਸ ਤੋਂ ਬਾਅਦ ਉਹਨਾਂ ਨੂੰ ਇੱਥੇ ਦਾਖਲ ਕਰਵਾਇਆ ਗਿਆ। ਸੋ ਇਲਾਜ ਦੇ ਲਈ ਪੀ ਜੀ ਆਈ ਦੇ ਵਿੱਚ ਦਾਖਲ ਕਰਵਾਇਆ ਗਿਆ, ਡਾਕਟਰਾਂ ਵੱਲੋਂ ਹਾਲਤ ਸਥਿਰ ਦੱਸੀ ਜਾ ਰਹੀ ਹੈ, ਅਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਥੋੜ੍ਹੀ ਜਿਹੀ ਇੱਕ ਦਿੱਕਤ ਪਰੇਸ਼ਾਨੀ ਜ਼ਰੂਰ ਆਈ ਸੀ, ਅਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਇੱਥੇ ਦਾਖਲ ਕਰਵਾਇਆ ਗਿਆ ਸੀ, ਅਤੇ ਹੁਣ ਮੁੜ ਤੋਂ ਉਹਨਾਂ ਨੂੰ ਪੀ ਜੀ ਆਈ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ। ਸੋ ਹਾਰਟ ਦੇ ਵਿੱਚ ਉਹਨਾਂ ਦੇ ਦਿਲ ਦੇ ਵਿੱਚ ਥੋੜ੍ਹੀ ਜਿਹੀ ਇੱਕ ਉਹਨਾਂ ਨੂੰ ਸਮੱਸਿਆ, ਜਿਸ ਦੇ ਮੱਦੇਨਜ਼ਰ ਉਹਨਾਂ ਦਾ ਇਲਾਜ ਚੱਲ ਰਿਹਾ। ਸੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਰਾਂ ਨੂੰ ਪੀ ਜੀ ਆਈ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਥੋੜ੍ਹੀ ਜਿਹੀ ਇੱਕ ਦਿੱਕਤ ਪਰੇਸ਼ਾਨੀ ਜ਼ਰੂਰ ਆਈ ਸੀ। ਸੋ ਇਸ ਦੇ ਨਾਲ ਹੀ ਸਾਡੇ ਨਾਲ ਸਾਡੇ ਸਹਿਯੋਗੀ ਕਮਲਦੀਪ ਚੰਡੀਗੜ੍ਹ ਤੋਂ ਸਾਡੇ ਨਾਲ ਜੁੜੇ ਨੇ। ਕਮਲ, ਕੀ ਜਾਣਕਾਰੀ ਹੈ ਜੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਰਾਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਜਾਂ ਫਿਰ ਥੋੜ੍ਹੀ ਹਾਰਟ ਦੇ ਵਿੱਚ ਸਮੱਸਿਆ ਆਉਣ ਤੋਂ ਬਾਅਦ ਉਹਨਾਂ ਨੂੰ ਪੀ ਜੀ ਆਈ ਦਾਖਲ ਕਰਵਾਇਆ ਗਿਆ? ਬਿਲਕੁਲ ਗੁਰਪ੍ਰੀਤ, ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੋਰਾਂ ਦੀ ਹਾਲਤ ਜਿਹੜੀ ਕਿ ਨਾਜ਼ੁਕ ਹੁੰਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਪੀ ਜੀ ਆਈ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਤਸਵੀਰਾਂ ਵੀ ਜਿਹੜੀਆਂ ਦਿਖਾਵਾਂਗੇ ਪੀ ਜੀ ਆਈ ਦੇ ਕਾਰਡੋ ਸੈਂਟਰ ਦੀਆਂ ਤਸਵੀਰਾਂ ਨੇ, ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਗੱਡੀ ਜਿਹੜੀ ਕਿ ਖੜੀ ਹੈ, ਸਿੱਧੂ ਮੂਸੇਵਾਲਾ ਹੋਰਾਂ ਦੀ ਗੱਡੀ ਹੈ ਜਿਹੜੀ ਕਿ ਉਹਨਾਂ ਦੇ ਪਿਤਾ ਦੀ ਇਹ ਗੱਡੀ ਆ, ਅਤੇ ਜੋ ਅੱਗੇ ਸਕੋਰਟ ਦੇ ਤੌਰ 'ਤੇ ਗੱਡੀ ਚੱਲਦੀ ਹੈ। ਅਤੇ ਅੱਜ ਸਵੇਰ ਜਿਸ ਸਮੇਂ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਉਸ ਸਮੇਂ ਤੋਂ ਇਲਾਜ ਜਿਹੜਾ ਕਿ ਚੱਲ ਰਿਹਾ, ਹਾਲਾਂਕਿ ਇਹ ਜੋ ਸੋਰਸ ਨੇ ਉਹਨਾਂ ਦੇ ਨਾਲ ਜੋ ਗੱਲਬਾਤ ਵੀ ਕੀਤੀ ਤਾਂ ਉਹਨਾਂ ਦਾ ਵੀ ਇਹ ਜਿਹੜੀ ਕਿ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਕਿ ਹਾਲਤ ਇਸ ਸਮੇਂ ਸਥਿਰ ਆ, ਕਿਉਂਕਿ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਹੋਰਾਂ ਦੇ ਪਿਤਾ ਬਲਕੌਰ ਸਿੰਘ ਹੋਰਾਂ ਦਾ ਜੋ ਹਾਰਟ ਦਾ ਸਟੰਟ ਪੈਂਦੇ ਨੇ ਹਾਰਟ ਦੇ ਵਿੱਚ, ਅਤੇ ਟ੍ਰੀਟਮੈਂਟ ਹੁੰਦਾ, ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਟ੍ਰੀਟਮੈਂਟ ਤੋਂ ਬਾਅਦ ਹੁਣ ਦੁਬਾਰਾ ਤੋਂ ਇਲਾਜ ਕਰਵਾਉਣ ਦੇ ਲਈ ਇੱਥੇ ਪਹੁੰਚੇ ਨੇ, ਕਿਉਂਕਿ ਹਾਲਤ ਜਿਹੜੀ ਕਿ ਨਾਜ਼ੁਕ ਹੋਈ ਆ, ਜੋ ਸਟੰਟ ਪਵਾਇਆ ਗਿਆ ਸੀਗਾ ਉਸ ਦੇ ਵਿੱਚ ਕੁਝ ਦਿੱਕਤ ਪਰੇਸ਼ਾਨੀ ਜਿਹੜੀ ਆਈ ਸੀਗੀ, ਜਿਸ ਤੋਂ ਬਾਅਦ ਉਹਨਾਂ ਨੂੰ ਪੀ ਜੀ ਆਈ ਦੇ ਵਿੱਚ ਐਡਮਿਟ ਕਰਵਾਇਆ ਗਿਆ ਅਤੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ। ਹਾਲਾਂਕਿ ਡਾਕਟਰਾਂ ਦਾ ਕਹਿਣਾ ਕਿ ਹਾਲਤ ਬਿਲਕੁਲ ਸਹੀ ਹੈ ਅਤੇ ਬਹੁਤ ਜਲਦ ਜਿਹੜੀ ਕਿ ਉਹਨਾਂ ਨੂੰ ਛੁੱਟੀ ਵੀ ਦਿੱਤੀ ਜਾ ਸਕਦੀ ਆ। ਅਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਏ ਕਮਲ, ਤਾਂ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਥੋੜ੍ਹੀ ਜਿਹੀ ਇੱਕ ਸਮੱਸਿਆ ਜ਼ਰੂਰ ਆਈ ਸੀ ਹਾਰਟ ਦੇ ਵਿੱਚ, ਜਿਸ ਤੋਂ ਬਾਅਦ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ। ਤਾਂ ਡਾਕਟਰਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਕਿ ਆਖਿਰ ਦਿੱਕਤ ਪਰੇਸ਼ਾਨੀ ਹੈ ਕੀ ਹੈ, ਜਿਸ ਦੇ ਮੱਦੇਨਜ਼ਰ ਵਾਰ ਵਾਰ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਪੀ ਜੀ ਆਈ ਚੱਲ ਰਿਹਾ? ਬਿਲਕੁਲ ਗੁਰਪ੍ਰੀਤ, ਜੇਕਰ ਗੱਲ ਕੀਤੀ ਜਾਵੇ ਜੋ ਹਾਲਤ ਹੈ, ਕਿਉਂਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਹਾਰਟ ਦਾ ਆਪਰੇਸ਼ਨ ਹੁੰਦਾ, ਸਟੰਟ ਪੈਂਦੇ ਨੇ, ਟ੍ਰੀਟਮੈਂਟ ਹੁੰਦਾ, ਅਤੇ ਕੁਝ ਦਿਨ ਪਹਿਲਾਂ ਹੀ ਜਿਹੜਾ ਕਿ ਉਹਨਾਂ ਦਾ ਦੁਬਾਰਾ ਇਲਾਜ ਜਿਹੜਾ ਕਰਵਾਉਣ ਦੇ ਲਈ ਇਹ ਜੋ ਕਹਿ ਸਕਦੇ ਡਾਕਟਰਾਂ ਕੋਲ ਪਹੁੰਚ ਕੀਤੀ ਜਾਂਦੀ ਹੈ, ਅਤੇ ਅੱਜ ਦੁਬਾਰਾ ਤੋਂ ਫਿਰ ਜਿਸ ਸਮੇਂ ਕਹਿ ਸਕਦੇ ਡਾਕਟਰਾਂ ਕੋਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਪਹੁੰਚੇ ਨੇ, ਆਪਣੀ ਫੈਮਿਲੀ ਦੇ ਨਾਲ ਪਹੁੰਚੇ ਨੇ, ਇਹ ਅਤੇ ਜੋ ਟ੍ਰੀਟਮੈਂਟ ਡਾਕਟਰਾਂ ਵੱਲੋਂ ਚੱਲ ਰਿਹਾ, ਹਾਲਾਂਕਿ ਡਾਕਟਰਾਂ ਵੱਲੋਂ ਗੱਲਬਾਤ ਨਹੀਂ ਕੀਤੀ ਜਾ ਰਹੀ ਇਹ, ਪਰ ਸੋਰਸਿਸ ਤੋਂ ਜਾਣਕਾਰੀ ਆ ਰਹੀ ਹੈ ਕਿ ਇਲਾਜ ਜੋ ਹੋ ਰਿਹਾ ਉਸੇ ਤਰ੍ਹਾਂ ਇਲਾਜ ਆ, ਅਤੇ ਇਹ ਇਸ ਸਮੇਂ ਜੋ ਹਾਲਤ ਆ ਉਹ ਵੀ ਬਿਲਕੁਲ ਸਹੀ ਜਿਹੜੀ ਕਿ ਦੱਸੀ ਜਾ ਰਹੀ ਹੈ। ਕੁਝ ਦਿੱਕਤ ਪਰੇਸ਼ਾਨੀਆਂ ਜ਼ਰੂਰ ਹੈ ਜਿਹੜੀ ਕਿ ਸਟੰਟ ਦੇ ਵਿੱਚ ਆਈਆਂ ਸਨ, ਉਹ ਉਸ ਨੂੰ ਜਿਹੜੇ ਕਿ ਦਵਾਈ ਦੇ ਰੂਪ ਦੇ ਨਾਲ ਜਿਹੜੀ ਕਿ ਦਵਾਈਆਂ ਦੇ ਇਹ ਨਾਲ ਸਹੀ ਕੀ ਕਰਨ ਦੀ ਕੋਸ਼ਿਸ਼ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ, ਅਤੇ ਬਹੁਤ ਜਲਦ ਜਿਹੜੀ ਕਿ ਬਲਕੌਰ ਸਿੰਘ ਹੋਰਾਂ ਨੂੰ ਛੁੱਟੀ ਇੱਥੋਂ ਪੀ ਜੀ ਆਈ ਦੇ ਜੋ ਕਾਰਡੀਓ ਸੈਂਟਰ ਉੱਥੋਂ ਦਿੱਤੀ ਜਾ ਸਕਦੀ ਹੈ। ਠੀਕ ਹੈ ਕਮਲ, ਫਿਲਹਾਲ ਦੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।